ਸ਼ਿਵਰਾਤਰੀ ਦਾ ਤਿਉਹਾਰ ਪੂਰੇ ਵਿਸ਼ਵ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਟਿਆਲਾ ਪੋਲੋ ਗਰਾਊਂਡ ਦੇ ਸਾਹਮਣੇ ਟਾਈਕੂਨ ਐਜੂਕਨਸਲਟੈਂਟ ਦੇ ਮੁੱਖ ਦਫ਼ਤਰ ਵਿਖੇ ਡਾਇਰੈਕਟਰ ਰਾਕੇਸ਼ ਮੋਦੀ ਅਤੇ ਤਨੁਜ ਮੋਦੀ ਦੀ ਸਰਪ੍ਰਸਤੀ ਹੇਠ ਸਮੁੱਚੇ ਪਰਿਵਾਰ ਅਤੇ ਸਟਾਫ ਵੱਲੋਂ ਵਿਸ਼ਾਲ ਭੰਡਾਰਾ ਲਗਾ ਕੇ ਸ਼ਿਵ ਪਾਰਵਤੀ ਨੂੰ ਯਾਦ ਕੀਤਾ ਗਿਆ। ਡਾਇਰੈਕਟਰ ਰਾਕੇਸ਼ ਮੋਦੀ ਨੇ ਦੱਸਿਆ ਕਿ ਹਰ ਵਰ੍ਹੇ ਟਾਈਕੂਨ ਇਮੀਗ੍ਰੇਸ਼ਨ ਵੱਲੋਂ ਇਹ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਸਮਾਜਿਕ ਕੰਮਾਂ ਵਿੱਚ ਸਹਿਯੋਗ ਕੀਤਾ ਜਾਂਦਾ ਹੈ। ਹਰ ਹਰ ਮਹਾਦੇਵ, ਜੈ ਸ਼ਿਵ ਸ਼ੰਕਰ। ਅੱਜ ਦੇ ਦਿਨ ਭਗਵਾਨ ਸ਼ਿਵ ਪਾਰਵਤੀ ਦਾ ਵਿਆਹ ਹੋਇਆ ਸੀ ਔਰ ਇਸ ਖੁਸ਼ੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸ਼ਿਵਰਾਤਰੀ ਦਾ ਜਿਹੜਾ ਮਹਾਉਤਸਵ ਮਨਾਇਆ ਜਾਂਦਾ, ਸੋ ਇਸ ਦੇ ਸੰਬੰਧ ਵਿੱਚ ਸਾਰੇ ਦੇਸ਼ ਵਿੱਚ, ਸਾਡੇ ਪੰਜਾਬ ਪਟਿਆਲਾ ਵਿੱਚ ਔਰ ਸਾਡੇ ਟਾਈਕੂਨ ਇਮੀਗ੍ਰੇਸ਼ਨ ਵੱਲੋਂ ਵੀ ਇਸ ਅੱਜ ਦੇ ਦਿਨ ਦੇ ਵਿੱਚ ਸਪੈਸ਼ਲ ਸਮਾਗਮ ਦਾ ਪ੍ਰਯੋਜਨ ਕੀਤਾ ਜਾਂਦਾ ਔਰ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਸਾਡੇ ਸਹਿਯੋਗੀ ਨੇ ਸਾਰੇ, ਅਨੁਜ ਮਰਵਾਲ ਜੀ ਨੇ, ਅਮਨ ਜੀ ਨੇ, ਨਰਿੰਦਰ ਜੀ ਨੇ ਅਤੇ ਹੋਰ ਵੀ ਯਾਰ ਦੋਸਤ ਜਿੰਨੇ ਵੀ ਸਾਡੇ ਸਰਕਲ ਦੇ, ਸਾਰੇ ਸਾਡੀ ਸਹਾਇਤਾ ਕਰਦੇ ਨੇ ਔਰ ਉਹਨਾਂ ਦੀ ਸਮਰੱਥਾ ਦੇ ਨਾਲ ਹੀ ਸਾਰਾ ਇਹ ਕੀਤਾ ਜਾਂਦਾ ਹੈ। ਦੇਸ਼ ਵਿਦੇਸ਼ਾਂ 'ਚ ਵੱਸਦੇ ਹੋਏ ਸਾਰੇ ਹੀ ਦੇਸ਼ ਵਾਸੀਆਂ ਨੂੰ, ਵਿਦੇਸ਼ਾਂ 'ਚ ਬੈਠੇ ਦੇਸ਼ ਵਾਸੀਆਂ ਨੂੰ ਮਹਾਂਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ। ਸ਼ਿਵਰਾਤਰੀ ਦਾ ਜਿਹੜਾ ਮਹੱਤਵ ਹੈ, ਅੱਜ ਦੇ ਦਿਨ ਸ਼ਿਵ ਅਤੇ ਸ਼ਕਤੀ ਦਾ ਮੇਲ ਹੋਇਆ ਸੀ ਅਤੇ ਇਸੇ ਲਈ ਪੂਰੇ ਹਿੰਦੁਸਤਾਨ 'ਚ ਨਹੀਂ ਵਿਸ਼ਵ ਭਰ ਦੇ ਵਿੱਚ ਅੱਜ ਸ਼ਿਵਰਾਤਰੀ ਜੀ ਦਾ ਮਹਾਂਪੁਰਬ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਅਤੇ ਸ਼ਿਵ ਸ਼ੰਕਰ ਭੋਲੇਨਾਥ ਜੀ ਨੂੰ ਭੋਲੇਨਾਥ ਤਾਂ ਕਿਹਾ ਗਿਆ ਕਿਉਂਕਿ ਸਾਰਿਆਂ ਨਾਲੋਂ ਸਾਊ ਸੁਭਾਅ ਦੇ ਨੇ, ਨਰਮ ਸੁਭਾਅ ਦੇ ਨੇ, ਛੇਤੀ ਮੰਨਣ ਵਾਲੇ ਦੇਵਤੇ ਨੇ। ਇਸ ਲਈ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ, ਨਾਲ ਹੀ ਟਾਈਕੂਨ ਜਿਹੜੀ ਇਮੀਗ੍ਰੇਸ਼ਨ ਹੈ ਇਹਨਾਂ ਵੱਲੋਂ ਅੱਜ ਇਸ ਪਾਵਨ ਦਿਹਾੜੇ ਦੇ ਉੱਪਰ ਜਿਹੜਾ ਲੰਗਰ ਚਲਾਇਆ ਗਿਆ ਭੋਲੇਨਾਥ ਜੀ ਦੇ ਸ਼ਿਵਰਾਤਰੀ ਦੇ, ਉਹਨਾਂ ਦੇ ਵਿਆਹ ਦੇ ਖੁਸ਼ੀ ਦੇ ਮੌਕੇ, ਉਹ ਵੀ ਵਧਾਈ ਦੇ ਪਾਤਰ ਨੇ ਅਤੇ ਸ਼ਿਵ ਸ਼ੰਕਰ ਮਹਾਰਾਜ, ਪਾਰਵਤੀ ਮਾਤਾ ਜੀ ਇਹਨਾਂ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ, ਇਹਨਾਂ ਦੇ ਕਾਰੋਬਾਰ ਦੇ ਵਿੱਚ ਵਾਧਾ ਕਰਨ ਤੇ ਸਾਰੇ ਵੱਜ ਕੇ ਬੋਲੋ ਹਰ ਹਰ।